ਸਾਡੇ ਚੈਨਲ ਦੇ ਵਿੱਚ ਇੰਟਰਵਿਊ ਕਰੀ ਮਨਜੀਤ ਕੌਰ ਦੀ, ਉਹਦੇ ਵਿੱਚੋਂ ਬੋਲੀ ਜੀ ਮੇਰਾ 13 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਤਾ ਅਤੇ ਮੇਰਾ ਬੱਚਾ ਸੀਗਾ ਅਤੇ ਮੈਂ ਉੱਥੋਂ ਮੇਰਾ ਡਿਵੋਰਸ ਹੋ ਗਿਆ। ਤਾਂ ਇੰਟਰਵਿਊ ਤੋਂ ਬਾਅਦ ਉਹਦੇ ਪਰਿਵਾਰਕ ਮੈਂਬਰਾਂ ਦਾ ਮੈਨੂੰ ਫੋਨ ਆਉਂਦਾ ਅਤੇ ਉਹ ਸੱਚ ਦੱਸਦੇ ਨੇ ਜੋ ਉਹਨਾਂ ਦਾ ਕਹਿਣਾ ਹੈ ਨਾ। ਮਨਜੀਤ ਸੱਚੀ ਹੈ ਜਾਂ ਪਰਿਵਾਰ ਸੱਚਾ, ਇਹ ਨਹੀਂ ਆਪਾਂ ਕਹਿ ਸਕਦੇ। ਅਤੇ ਜਦੋਂ ਉਹਨਾਂ ਦੀ ਇੰਟਰਵਿਊ 'ਚ ਆਈ ਕਹਿੰਦੇ ਵੀ ਮੈਨੂੰ ਵੇਚਿਆ ਗਿਆ, ਮਨਜੀਤ ਕੌਰ ਨੇ ਇਹ ਗੱਲ ਕਹੀ, ਉਹਨਾਂ ਦੇ ਮੈਨੂੰ ਘਰ ਦੇ ਵਿੱਚੋਂ ਫੋਨ ਆਉਂਦਾ, ਉਹਦਾ ਭਰਾ ਸੀ, ਭਰਾ ਦਾ ਮੈਨੂੰ ਕਾਲ ਆਉਂਦੀ ਆ, ਸਕਾ ਭਰਾ ਉਹਦਾ ਹੈ ਨਹੀਂ, ਕਜ਼ਨ ਸੀ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਗੱਲਾਂ ਕਰੀਆਂ ਵੀ ਮੇਰੇ ਮੈਨੂੰ ਵੇਚਤਾ, ਫਲਾਣਾ ਕਰਤਾ, ਮੇਰੀ ਜ਼ਮੀਨ ਹੜੱਪ ਲਈ, ਭੂਆ ਨੇ ਕਰ ਲਈ, ਚਾਚੇ ਜੇ ਉਹ ਬੋਲੀ। ਉਹਨਾਂ ਦਾ ਫੋਨ ਆਇਆ ਅਤੇ ਉਹ ਸਾਨੂੰ ਕਹਿੰਦੇ ਨੇ, ਉਹਨਾਂ ਨੇ ਮੈਨੂੰ ਇਕੱਲੀਆਂ ਇਕੱਲੀਆਂ ਗੱਲਾਂ ਦੱਸੀਆਂ, ਇਹ ਕੁੜੀ ਕਿੱਥੇ ਵਿਆਹੀ ਸੀ, ਠੀਕ ਹੈ, ਇਹ ਕੁੜੀ ਕਿੱਥੇ ਵਿਆਹ ਕੇ ਅਤੇ ਕਿੰਨੇ ਦਿਨ ਉੱਥੇ ਰਹੀ ਹੈ, ਅਤੇ ਉੱਥੇ ਉਹ ਬਾਜ਼ਾਰ 'ਚ ਜਾ ਕੇ, ਉਹਨਾਂ ਦੇ ਪਰਿਵਾਰ ਦੇ ਇਲਜ਼ਾਮ ਨੇ, ਠੀਕ ਹੈ, ਬਾਜ਼ਾਰ 'ਚ ਜਾ ਕੇ ਉੱਥੇ ਮੁੰਡਿਆਂ ਨਾਲ ਛੇੜਖਾਨੀਆਂ ਕਰਨੀਆਂ, ਉੱਥੇ ਵੀ ਨਹੀਂ ਕੱਟੀ, ਫਿਰ ਅਸੀਂ ਆਪਣੇ ਪਿੰਡ ਵੀ ਲੈ ਕੇ ਆਏ ਹਾਂ। ਕਹਿੰਦੇ ਇਹ ਕਹਿੰਦੇ ਆਪਣੀ 2003 'ਚ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ, ਉਹਨਾਂ ਦੇ ਕਹਿਣ ਮੁਤਾਬਕ, ਇਹਦੇ ਪਰਿਵਾਰਕ ਮੈਂਬਰਾਂ ਦੇ 3 ਦੇ ਵਿੱਚ ਉਹਦੇ ਫਾਦਰ ਦੀ ਡੈਥ ਹੁੰਦੀ ਹੈ, ਅਤੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਇਹਦੇ ਮਦਰ ਉੱਥੋਂ ਚਲੇ ਜਾਂਦੇ ਨੇ। ਇਹ ਦੋ ਸਿਸਟਰ ਨੇ, ਇੱਕ ਦਾ ਨਾਮ ਆਈ ਥਿੰਕ ਰਮਨਦੀਪ ਦੱਸਿਆ ਸੀ ਉਹਨਾਂ ਨੇ, ਅਤੇ ਇੱਕ ਮਨਜੀਤ ਕੌਰ, ਉਹਨਾਂ ਦੇ ਪਰਿਵਾਰ ਮੈਂਬਰਾਂ ਨੇ, ਹਾਂਜੀ, ਜੋ ਉਹਨਾਂ ਨਾਮ ਦੱਸਿਆ ਜਿਹੜੀ ਤੁਹਾਡੀ ਫੋਨ 'ਤੇ ਗੱਲ ਹੋਈ, ਹਾਂਜੀ, ਜੋ ਫੋਨ 'ਤੇ ਗੱਲ ਹੋਈ ਹੈ ਵੀ ਇਹ ਦੋ ਸੀਗੀਆਂ ਸਿਸਟਰ, ਇਹ ਵੱਡੀ ਸੀ, ਅਤੇ ਉਹਨਾਂ ਦੇ ਕਹਿੰਦੇ ਵੀ ਅਸੀਂ ਉੱਥੇ ਇਹ ਚਲੇ ਗਏ 2003 ਤੋਂ, ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ, ਅਤੇ ਕਹਿੰਦੇ ਪਰਿਵਾਰ ਪਿੱਛੋਂ ਐਡਾ ਸਟਰੋਂਗ ਨਹੀਂ ਸੀ, 3-4 ਕਿੱਲਿਆਂ ਵਾਲੇ ਆਮ ਜ਼ਿਮੀਂਦਾਰ ਸੀ, ਅਤੇ ਕਹਿੰਦੇ ਉਹ ਤੋਂ ਬਾਅਦ ਫਿਰ ਇਹਨਾਂ ਦੀ ਭੂਆ ਨੇ ਇਹਨਾਂ ਦੇ ਵਿਆਹ ਕਰਿਆ, ਕਹਿੰਦੇ ਵੇਚਿਆ ਨਹੀਂ, ਉਹ ਕਹਿ ਰਹੇ ਆ ਮਨਜੀਤ ਕੌਰ ਵੀ ਮੇਰਾ 13 ਸਾਲ ਦੀ ਉਮਰ 'ਚ ਵਿਆਹ ਹੋਇਆ, ਅਤੇ ਉਹਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਅਸੀਂ 17 ਪਲੱਸ ਨੀਅਰ ਅਬਾਊਟ 17 ਸਾਲ 7 ਮਹੀਨਿਆਂ ਦੇ ਨੇੜੇ, ਜੋ ਉਹਨਾਂ ਨੇ ਮੈਨੂੰ ਦੱਸਿਆ ਵੀ 7 ਮਹੀਨਿਆਂ ਦੇ ਨੇੜੇ ਤੇੜੇ ਅਸੀਂ ਵਿਆਹ ਕਰਿਆ ਸੀ, ਉੱਥੇ ਵੀ ਨਹੀਂ ਕੱਟਿਆ। ਕਹਿੰਦੇ ਹੁਣ ਇਹ ਸੋਸ਼ਲ ਮੀਡੀਆ 'ਤੇ ਸਾਡੇ ਬਾਰੇ ਕੂੜ ਪ੍ਰਚਾਰ ਕਰ ਰਹੀ ਹੈ ਵੀ ਇਹਦੇ ਤੁਸੀਂ ਠੱਲ ਪਾਓ, ਹੈ ਨਾ, ਉਹਨਾਂ ਨੇ ਸਾਡਾ ਹੀ ਮਤਲਬ ਸੀ, ਫਿਰ ਮੈਂ ਕੰਟੈਕਟ ਕਰਿਆ, ਹੈ ਨਾ, ਅਤੇ ਮਨਜੀਤ ਕੌਰ ਨਾਲ, ਅਤੇ ਉਹਨਾਂ ਨੂੰ ਮੈਂ ਪੁੱਛਿਆ ਸਾਰੀ ਗੱਲਬਾਤ, ਅਤੇ ਉਹਨਾਂ ਦਾ ਸਪਸ਼ਟੀਕਰਨ ਕੀ ਸੀਗਾ, ਚਲੋ ਉਹ ਮੈਨੂੰ ਉਹਨੇ ਦੱਸਿਆ ਜੋ ਵੀ ਸੀ, ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਹੁਣ ਇਹ ਨਹੀਂ ਪਤਾ ਲੱਗ ਰਿਹਾ ਪਰਿਵਾਰ ਸੱਚਾ ਜਾਂ ਮਨਜੀਤ ਕੌਰ ਸੱਚੀ ਹੈ, ਜਾਂ ਫੇਮ ਲੈਣ ਵਾਸਤੇ ਜਾਂ ਸਿਮਤੀ ਲੈਣ ਵਾਸਤੇ ਤੁਸੀਂ ਇਹ ਕਹਿ ਰਹੇ ਹੋ ਵੀ ਮੇਰੇ ਬਾਪ ਦੇ ਮਰਨ ਤੋਂ ਬਾਅਦ ਮੈਨੂੰ ਘਰੋਂ ਕੱਢਿਆ ਗਿਆ, ਮੇਰੇ ਮਾਂ ਨੂੰ ਘਰੋਂ ਕੱਢਿਆ ਗਿਆ, ਠੀਕ ਹੈ, 13 ਸਾਲ ਦੀ ਉਮਰ 'ਚ ਮੈਨੂੰ ਵੇਚਿਆ ਗਿਆ, ਅਤੇ ਦੂਜੇ ਪਾਸੇ ਪਰਿਵਾਰ ਕਹਿੰਦਾ ਜੀ ਅਸੀਂ 17 ਸਾਲ ਦੀ ਉਮਰ 'ਚ ਵਿਆਹ ਕਰਿਆ, ਠੀਕ ਹੈ, ਬਹੁਤ ਕਹਿੰਦੇ ਬਹੁਤ ਸ਼ਰੀਫ ਮੁੰਡਾ ਸੀ ਜਿੱਥੇ ਵਿਆਹ ਕਰਿਆ ਗਿਆ, ਦਸਤਾਰਧਾਰੀ ਸੀਗਾ, ਜੋ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਮੁੰਡਾ ਦਸਤਾਰਧਾਰੀ ਸੀਗਾ ਵੀ ਅਸੀਂ ਉੱਥੇ ਵਿਆਹ ਕਰਿਆ, ਅਤੇ ਕਹਿੰਦੇ ਉੱਥੇ ਵੀ ਨਹੀਂ ਇਹਨੇ ਕੱਟਿਆ। ਅਤੇ ਹੋਰ ਤਾਂ ਹੋਰ ਇੱਕ ਹੋਰ ਫਿਰ ਬ੍ਰਦਰ ਦੀ ਕਾਲ ਆਈ ਮੈਨੂੰ, ਇੱਕ ਇਹ ਸੀ, ਦੂਜੀ ਵੀ ਕਾਲ ਆਈ, ਇਹ ਕਜ਼ਨ ਸੀਗਾ, ਹਾਂ ਕਜ਼ਨ, ਦੂਜੇ ਕਜ਼ਨ ਦੀ ਵੀ ਫੋਨ ਆਇਆ, ਉਹ ਕਹਿ ਰਿਹਾ ਉਹਨੇ ਹੋਰ ਕੁਛ ਦੱਸਿਆ ਬਹੁਤ, ਉਹਨੇ ਮਤਲਬ ਮੈਂ ਇੱਥੇ ਨਹੀਂ ਦੱਸ ਸਕਦਾ।